ਜਿਹੜਾ ਭਵਿੱਖ ਹੈਗਾ ਜੀ ਉਹ ਤਾਂ ਵਿਦਿਆਰਥੀਆਂ ਦੇ ਉੱਤੇ ਨਿਰਭਰ ਕਰਦਾ। ਜਦੋਂ ਸਾਡੇ ਜਿਹੜੇ ਬੱਚੇ ਆ ਅੱਜ ਉਹ ਬਾਹਰ ਜਾ ਰਹੇ ਆ, ਲੜਕਾ ਵੀ ਬਾਹਰ ਜਾ ਰਿਹਾ, ਲੜਕੀ ਵੀ ਬਾਹਰ ਜਾ ਰਹੀ ਆ, ਉਹਨਾਂ ਦਾ ਵਿਆਹ ਵੀ ਬਾਹਰ ਹੋਣਾ, ਉਹਨਾਂ ਦੇ ਬੱਚੇ ਵੀ ਬਾਹਰ ਹੋਣੇ ਆ, ਉਹ ਜਿਹੜੇ ਪਰਸੈਂਟੇਜ ਆ ਉਹ ਘਟਣੀ ਆ। ਪਰ ਜਿਹੜੀ ਨਵੀਂ ਐਜੂਕੇਸ਼ਨ ਪੋਲਿਸੀ ਆ ਉਹਦਾ ਇਸ ਨਾਲ ਕੋਈ ਤਲਕ ਨਹੀਂ ਹੈਗਾ। ਨਵੀਂ ਐਜੂਕੇਸ਼ਨ ਪੋਲਿਸੀ ਜਿਹੜੀ ਆ ਉਹ ਜਿਵੇਂ ਵੈਸਟਰਨ ਕੰਟਰੀਜ਼ ਦੀ ਪਹਿਲਾਂ ਹੈਗੀ ਆ ਕਿ 6 ਸਾਲ ਤੱਕ 8 ਸਾਲ ਤੱਕ ਬੱਚੇ ਨੂੰ ਨਾ ਲਿਖਣਾ ਸਿਖਾਇਆ ਜਾਵੇ, ਨਾ ਪੜ੍ਹਨਾ ਸਿਖਾਇਆ ਜਾਵੇ, ਨਾ ਉਹਨੂੰ ਕੋਈ ਆਪਣਾ ਕੋਈ ਕਾਪੀ ਹੋਵੇ, ਨਾ ਕਿਤਾਬ ਹੋਵੇ, ਨਾ ਬਸਤਾ ਹੋਵੇ। ਉਹ ਚੀਜ਼ਾਂ ਜਿਹੜੀਆਂ ਹੈਗੀਆਂ ਨਵੀਂ ਪੋਲਿਸੀ ਦੇ ਮੁਤਾਬਕ ਹੈਗੀਆਂ। 6 ਸਾਲ ਤੋਂ ਛੋਟਾ ਬੱਚਾ ਫਸਟ ਕਲਾਸ ਦੇ ਵਿੱਚ ਨਹੀਂ ਹੋਣਾ ਚਾਹੀਦਾ। ਪਰ ਸਾਡਾ ਜਿਹੜਾ ਸਮਾਜ ਆ ਉਹ ਹਲੇ ਇਸ ਗੱਲ ਨੂੰ ਐਕਸੈਪਟ ਨਹੀਂ ਕਰ ਰਿਹਾ। ਸਾਡੇ ਜਿਹੜੇ ਪੇਰੈਂਟਸ ਆ ਉਹ ਜਿੰਨਾ ਚਿਰ ਬੱਚੇ ਨੂੰ ਏ ਫਾਰ ਐਪਲ, ਬੀ ਫਾਰ ਬੈਟ, ਸੀ ਫਾਰ ਕੈਟ ਨਹੀਂ ਆਉਂਦਾ ਅਤੇ ਉਹਨਾਂ ਚਿਰ ਉਹ ਉਹਨੂੰ ਪੜ੍ਹਾਈ ਨਹੀਂ ਸਮਝਦੇ। ਪੋਲਿਸੀ ਬਹੁਤ ਵਧੀਆ ਵਾ। ਪੋਲਿਸੀ ਜਿਹੜੀ ਆ ਉਹ ਪੋਲਿਸੀ ਇਹ ਵੀ ਸਿਖਾਉਂਦੀ ਆ ਕਿ 8ਵੀਂ ਤੋਂ 10ਵੀਂ ਤੱਕ ਜੋ ਤੁਸੀਂ ਜਾਣਾ ਵਾ, ਜੇ ਤੁਸੀਂ ਕਿਸ ਕਿੱਤੇ ਵਿੱਚ ਜਾਣਾ ਵਾ, ਜੇ ਕਿਸੇ ਨੇ ਐਗਰੀਕਲਚਰ ਵੱਲ ਜਾਣਾ ਤਾਂ ਉੱਥੇ ਐਗਰੀਕਲਚਰ ਦੀ ਪੜ੍ਹਾਈ ਹੋਊਗੀ, ਜੇ ਕਿਸੇ ਨੇ ਕਾਰਪੈਂਟਰੀ ਵੱਲ ਜਾਣਾ ਉੱਥੇ ਕਾਰਪੈਂਟਰੀ ਦੀ ਪੜ੍ਹਾਈ ਹੋਊਗੀ, ਜੇ ਕਿਸੇ ਨੇ ਸਕਿੱਲਡ ਡਿਵੈਲਪਮੈਂਟ ਵੱਲ ਜਾਣਾ ਤਾਂ ਉੱਥੇ ਸਕਿੱਲ ਡਿਵੈਲਪਮੈਂਟ ਦੀ ਪੜ੍ਹਾਈ ਹੋਊਗੀ। ਪੋਲਿਸੀ ਕੋਈ ਮਾੜੀ ਨਹੀਂ ਗੀ, ਪਰ ਕੋਈ ਵੀ ਚੀਜ਼ ਆਪਾਂ ਨਵੀਂ ਲਾਗੂ ਕਰਦੇ ਹਾਂ ਉਹਨੂੰ ਲੋਕਾਂ ਨੂੰ ਦੱਸਣਾ ਪੈਂਦਾ। ਉਹੀ ਚੀਜ਼ ਸਾਡੇ ਜਗਜੀਤ ਸਿੰਘ ਧੂਰੀ ਜੀ ਅੱਜ ਕਈਆਂ ਜ਼ਿਲ੍ਹਿਆਂ 'ਚ ਜਾ ਕੇ ਸਾਡੇ ਸਟਾਫ ਨੂੰ ਜਾਗਰੂਕ ਕਰ ਰਹੇ ਹਾਂ। ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਆਪਣੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਕਰੀਏ ਅਤੇ ਨਾਲੇ ਅਸੀਂ ਓਨੀ ਹੀ ਪੋਲਿਸੀ ਢੰਗ ਦੇ ਨਾਲ ਲਾਗੂ ਕਰੀਏ ਜਿਹਦੇ ਨਾਲ ਸਾਡੇ ਬੱਚਿਆਂ ਦਾ ਭਵਿੱਖ ਅੱਛਾ ਬਣ ਸਕੇ। ਮਾਈਗ੍ਰੇਸ਼ਨ ਨੂੰ ਲੈ ਕੇ ਜਿੱਥੇ ਅਸੀਂ ਸਿੱਖਿਅਤ ਜਗਤ ਦੇ ਵਿੱਚੋਂ ਆਉਂਦੇ ਹਾਂ ਅਸੀਂ ਤਾਂ ਚਿੰਤਤ ਹੈਗੇ ਹੀ ਹਾਂ, ਪੂਰਾ ਦੇਸ਼ ਚਿੰਤਤ ਆ, ਸਾਡੇ ਪ੍ਰਧਾਨ ਮੰਤਰੀ ਜੀ ਚਿੰਤਤ ਆ, ਪਰ ਮਾਈਗ੍ਰੇਸ਼ਨ ਰੋਕਣ ਲਈ ਬਹੁਤ ਵੱਡੇ ਜਿਹੜੇ ਕਦਮ ਆ ਉਹ ਚੱਕਣੇ ਪੈਣਗੇ। ਜੇ ਸਾਡੇ ਕੋਲ ਇੱਥੇ ਰੁਜ਼ਗਾਰ ਜਿਹੜੇ ਪੈਦਾ ਕਰਨੇ ਪੈਣਗੇ, ਸਾਡੀ ਇਹ ਕਨਵੈਨਸ਼ਨ ਦੇ ਵਿੱਚ ਇਹ ਵੀ ਦੱਸਿਆ ਜਾ ਰਿਹਾ ਕਿ ਬੱਚਿਆਂ ਨੂੰ ਆਪਾਂ ਜਿਵੇਂ ਫੋਰਨ ਦੇ ਵਿੱਚ ਨਾਲ ਪੜ੍ਹਦੇ ਹਾਂ ਨਾਲ ਕੰਮ ਕਰਦੇ ਆ ਉਹਦੇ ਬਾਰੇ ਜਾਗਰੂਕ ਕਰੀਏ। ਦੇਖੋ ਸਰ, ਬਿਲਕੁਲ ਤੁਸੀਂ ਸਹੀ ਸਵਾਲ ਕੀਤਾ, ਜਿਹੜਾ ਗਿਆਨ ਖੜਕ ਕਨਵੈਨਸ਼ਨਸ ਹੋ ਰਹੀਆਂ ਨੇ, ਲੜੀਵਾਰ ਹੋ ਰਹੀਆਂ ਨੇ, ਜਿਹਦੀ ਸਭ ਤੋਂ ਪਹਿਲੀ ਕਨਵੈਨਸ਼ਨ ਪਟਿਆਲਾ ਹੋਈ, ਪਟਿਆਲਾ ਤੋਂ ਬਾਅਦ ਫਤਿਹਗੜ੍ਹ, ਫਿਰ ਅਨੰਦਪੁਰ ਸਾਹਿਬ ਹੁੰਦੀ ਹੋਈ ਬਰਨਾਲਾ, ਬਠਿੰਡਾ, ਹੁਣ ਮੋਗੇ ਹੋ ਰਹੀ ਆ। ਔਰ ਇਹਦਾ ਜਿਹੜਾ ਮੇਨ ਮਕਸਦ ਇਹੀ ਹੈ ਕਿ ਇੱਕ ਰੋਡ ਮੈਪ ਹੈ, ਸੋਲਿਊਸ਼ਨ ਹੈ ਉਸ ਚੀਜ਼ ਦਾ, ਜਿਹੜੀਆਂ ਚੁਣੌਤੀਆਂ ਪ੍ਰਾਈਵੇਟ ਸਕੂਲ, ਪ੍ਰਾਈਵੇਟ ਸਿੱਖਿਆ ਅਦਾਰਿਆਂ ਨੂੰ ਆ ਰਹੀਆਂ ਨੇ। ਕਿਉਂਕਿ ਬਹੁਤ ਸਾਰੀਆਂ ਚੁਣੌਤੀਆਂ ਨੇ, ਜਿਵੇਂ ਨੈਸ਼ਨਲ ਐਜੂਕੇਸ਼ਨ ਪੋਲਿਸੀ ਆਈ ਆ ਉਹਨੂੰ ਕਿਸ ਤਰ੍ਹਾਂ ਇੰਪਲੀਮੈਂਟ ਕਰਨਾ, ਔਰ ਸਟੇਟ ਵਾਈਜ਼ ਜਿਹੜਾ ਹੈਗਾ ਉਹ ਨੈਸ਼ਨਲ ਐਜੂਕੇਸ਼ਨ ਪੋਲਿਸੀ ਕਿੰਨੀ ਐਕਸੈਪਟੇਬਲ ਹੈ, ਕਿੰਨੀ ਕਿਹੜੇ ਕਿਹੜੇ ਪੁਆਇੰਟ ਨੇ ਜਿਹੜੇ ਸਾਨੂੰ ਇੱਕ ਚੈਲੇਂਜ ਦੇ ਤੌਰ 'ਤੇ ਮਹਿਸੂਸ ਹੁੰਦੇ ਨੇ, ਉਹ ਸਾਰਿਆਂ ਦਾ ਸੋਲਿਊਸ਼ਨ ਹੈ। ਔਰ ਉਸ ਤੋਂ ਇਲਾਵਾ ਪੰਜਾਬ ਦੀ ਜਿਹੜੀ ਸਿੱਖਿਆ ਖੇਤਰ ਹੈ, ਮੈਂ ਸਿਰਫ ਇਕੱਲੀ ਪ੍ਰਾਈਵੇਟ ਦੀ ਗੱਲ ਨਹੀਂ ਕਰਦਾ, ਟੋਟਲ ਸਿੱਖਿਆ ਖੇਤਰ ਨੂੰ ਬਹੁਤ ਵੱਡੀ ਚੁਣੌਤੀ ਇੱਕ ਮਾਈਗ੍ਰੇਸ਼ਨ ਦੀ ਹੈ। ਬਹੁਤ ਸਾਰੇ ਬੱਚੇ ਜਿਹੜੇ ਇਹ ਮਾਈਗ੍ਰੇਟ ਹੋ ਕੇ ਜਾ ਰਹੇ ਨੇ ਅੱਜ, ਜਿਵੇਂ ਕਿ ਹੁਣੇ ਅਸੀਂ ਥੋੜ੍ਹੀ ਦੇਰ ਪਹਿਲਾਂ ਡਿਸਕਸ ਕਰ ਰਹੇ ਸੀ ਕਿ ਕੋਈ ਵੀ ਗਲੀ ਐਸੀ ਨਹੀਂ ਹੈ ਜਿੱਥੋਂ 4-4, 5-5 ਘਰਾਂ 'ਚੋਂ ਬੱਚੇ ਜਿਹੜੇ ਮਾਈਗ੍ਰੇਟ ਹੋ ਕੇ ਨਹੀਂ ਗਏ ਹੈਗੇ। ਔਰ ਬਹੁਤ ਸਾਰਾ, ਜਿਵੇਂ ਜੇ ਮੈਂ ਆਪਣੀ ਹਾਣੀਆਂ ਦੀ ਗੱਲ ਕਰਾਂ, ਜਿਸ ਫੇਜ਼ ਨੂੰ ਮੈਂ ਬਿਲੋਂਗ ਕਰਦਾ, ਜਿਸ ਏਜ ਦੇ ਵਿੱਚ ਮੈਂ ਹਾਂ, ਜਾਂ ਜਿਵੇਂ ਮੇਰੇ ਸਮਕਾਲੀ ਨੇ, ਉਹਨਾਂ ਦੇ ਵੀ ਬਹੁਤੇ ਬੱਚੇ, ਬਹੁਤ ਜ਼ਿਆਦਾ ਪਰਸੈਂਟੇਜ ਉਹਨਾਂ ਬੱਚਿਆਂ ਦੀ ਮਾਈਗ੍ਰੇਟ ਹੋ ਕੇ ਬਾਹਰ ਸੈਟਲ ਹੋ ਚੁੱਕੇ ਨੇ। ਔਰ ਜਿਹੜੀ ਸਾਡੀ ਜਨਰੇਸ਼ਨ ਹੈ ਉਹ ਤਕਰੀਬਨ ਆਪਣੇ ਘਰਾਂ ਵਿੱਚ ਇਕੱਲੀ ਮਹਿਦੂਦ ਹੋ ਗਈ ਆ, ਉਹ ਇਹ ਵੀ ਇੱਕ ਬਹੁਤ ਵੱਡੀ ਸਮੱਸਿਆ ਹੈ। ਉਹਦਾ ਵੀ ਇਹ ਇਸ ਦਾ ਸੋਲਿਊਸ਼ਨ ਹੈ ਕਿ ਉਸ ਨੂੰ ਕਿਸ ਤਰ੍ਹਾਂ ਅਸੀਂ ਰੋਕ ਸਕਦੇ ਹਾਂ, ਉਸ ਮਾਈਗ੍ਰੇਸ਼ਨ ਨੂੰ ਕਿੱਦਾਂ ਅਸੀਂ ਬੱਚਿਆਂ ਨੂੰ ਆਪਣੇ ਇਸ ਕੰਟਰੀ ਨਾਲ ਬੰਨ ਸਕਦੇ ਹਾਂ, ਆਪਣੀ ਸਟੇਟ ਨਾਲ ਬੰਨ ਸਕਦੇ ਹਾਂ, ਆਪਣੀ ਮਾਤਰ ਭੂਮੀ ਨਾਲ ਬੰਨ ਸਕਦੇ ਹਾਂ। ਸੋ ਇਹ ਸਾਰੀਆਂ ਚੁਣੌਤੀਆਂ ਜਿਹੜੀਆਂ ਵੀ ਹੈਗੀਆਂ ਨੇ, ਕਿਸੇ ਕਿਸਮ ਦੀਆਂ ਵੀ ਨੇ, ਭਾਵੇਂ ਉਹ ਅਕੈਡਮਿਕਸ ਦੀਆਂ ਹੋਣ, ਭਾਵੇਂ ਉਹ ਮਾਈਗ੍ਰੇਸ਼ਨ ਦਾ ਮੁੱਦਾ ਹੋਵੇ, ਚਾਹੇ ਉਹ ਨੈਸ਼ਨਲ ਐਜੂਕੇਸ਼ਨ ਪੋਲਿਸੀ ਨੂੰ ਇੰਪਲੀਮੈਂਟ ਕਰਨ ਦਾ ਮੁੱਦਾ ਹੋਵੇ, ਉਹ ਸਾਰਿਆਂ ਦਾ ਸੋਲਿਊਸ਼ਨ ਲੈ ਕੇ ਅਸੀਂ ਜਿਹੜਾ ਹੈਗਾ ਗਿਆਨ ਖੜਗ ਲੈ ਕੇ ਅਸੀਂ ਚੱਲੇ ਹੋਏ ਹਾਂ। ਔਰ ਲਗਭਗ ਸਾਰੇ ਦੇ ਸਾਰੇ 23 ਦੇ 23 ਡਿਸਟ੍ਰਿਕਾਂ ਵਿੱਚ ਜਾਣਾ ਹੈ, ਔਰ ਇਸ ਤੋਂ ਬਾਅਦ ਸਾਡੀਆਂ ਜਿਹੜੀਆਂ ਗੜ੍ਹ ਕਨਵੈਨਸ਼ਨਾਂ 'ਚ ਅਗਲੀਆਂ ਜਿਹੜੀਆਂ ਹੈਗੀਆਂ ਨੇ ਉਹ ਲੁਧਿਆਣੇ ਵਿੱਚ ਹੈ। ਦੇਖੋ ਸਰ, ਉਹਦੇ 'ਚ ਐਜੂਕੇਸ਼ਨ ਪੋਲਿਸੀ ਜਿਹੜੀ ਹੈਗੀ ਆ ਸਰਕਾਰ ਦੀ, ਉਹ ਆਉਣੀ ਨਹੀਂ, ਜੋ ਆ ਚੁੱਕੀ ਹੈ ਔਰ ਉਹਨੂੰ ਇੰਪਲੀਮੈਂਟ ਵੀ ਕੀਤਾ ਜਾ ਚੁੱਕਾ ਹੈ। ਔਰ ਜਿਹੜੀਆਂ ਐਜੂਕੇਸ਼ਨ ਦੇ ਉੱਤੇ ਜਿਹੜਾ ਉਹਦਾ ਮਤਲਬ ਦਬਾਅ ਹੈ ਜਾਂ ਪ੍ਰੈਸ਼ਰ ਹੈ, ਉਹ ਇਹ ਹੈ ਕਿ ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਕਹੀਆਂ ਗਈਆਂ ਹਨ ਕਰਨੀਆਂ ਨੇ, ਉਹਨੂੰ ਜਿਹੜੇ ਪੇਰੈਂਟਸ ਹੈਗੇ ਨੇ ਬੱਚਿਆਂ ਦੇ, ਉਹਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ। ਕਿਉਂਕਿ ਜਿਸ ਤਰ੍ਹਾਂ ਇੱਕ ਲੈਵਲ ਹੈ ਬੱਚਿਆਂ ਦਾ ਕਿ ਕਿਸ ਲੈਵਲ ਤੋਂ ਉਹਨਾਂ ਨੂੰ ਜਿਹੜੇ ਐਲਫਾਬੈਟ ਸਿਖਾਉਣੇ ਨੇ, ਕਿਸ ਲੈਵਲ ਤੋਂ ਉਹਨੂੰ ਲੈਂਗੁਏਜ ਸਿਖਾਉਣੀ ਹੈ, ਕਿਸ ਲੈਵਲ ਤੋਂ ਉਹਨੂੰ ਨੂਮੈਰਿਕ ਸਿਖਾਉਣੇ ਨੇ, ਉਹਦੇ ਵਿੱਚ ਜਿਹੜੀ ਨੈਸ਼ਨਲ ਐਜੂਕੇਸ਼ਨ ਪੋਲਿਸੀ ਹੈਗੀ ਆ ਉਹਦੀ ਐਕਸੈਪਟੇਬਿਲਟੀ ਬਣਾਉਣ ਦੇ ਲਈ ਸਾਨੂੰ ਪੇਰੈਂਟਸ ਦੇ ਨਾਲ ਇੱਕ ਬਹੁਤ ਵੱਡੀ ਡਾਇਲੋਗ ਕਰਨਾ ਪਏਗਾ, ਉਹਨਾਂ ਨੂੰ ਕਨਵਿੰਸ ਕਰਨਾ ਪਏਗਾ, ਤਾਂ ਜਾ ਕੇ ਹੀ ਅਸੀਂ ਇਹਨੂੰ ਇੰਪਲੀਮੈਂਟ ਕਰ ਪਾਵਾਂਗੇ।